ਇਹ ਕਾਜ ਫ੍ਰੀ ਹੋਈ ਹੈ ਜੱਬਲ ਵਿੱਚ ਸਲਾਲਾ ਤੇ ਸ਼ੁਕਰ ਅਲਹਮਦੁਲਿਲਾ ਬਚਤ ਹੋ ਗਈ ਜਣੇ ਨਾਲ ਹੀ ਪਹਾੜੀ ਨਾਲ ਮਾਰੀ ਹੈ ਗੱਡੀ ਰੁਕ ਗਈ ਹੈ ਥੱਲੇ ਨਹੀਂ ਗਈ ਹੈ ਸ਼ੁਕਰ ਅਲਹਮਦੁਲਿਲਾ ਬੰਦਾ ਵੀ ਬਚ ਗਿਆ ਗੱਡੀ ਦੀ ਬਚਤ ਹੋਏਗੀ ਹੈ ਕੋਈ ਨਹੀਂ ਉਹ ਸਾਈਡ ਹੀ ਹੈ ਪਰਲੀ ਅੱਲਾ ਕਰਸੀ ਬਾਣੀ ਜਾਸੀ ਅੱਲਾ ਮਾਫੀ ਦੇ ਇੱਕ ਵਾਰ ਖਲੋ ਗਈ ਹੈ ਰਾਹ ਵਿੱਚ ਬਹੁਤ ਡੇਂਜਰਸ ਯਾਰ ਉਤਰਾਈਆਂ ਨੇ।